ਪੰਜਾਬ ਦੇ ਫਰੀਦਕੋਟ ਵਿੱਚ ਪਿਛਲੇ ਦਿਨੀਂ ਪੁਲਿਸ ਹਿਰਾਸਤ 'ਚ ਮਾਰੇ ਗਏ ਨੌਜਵਾਨ ਜਸਪਾਲ ਸਿੰਘ ਦੇ ਦੋਸ਼ੀਆਂ ਵਿਰੁੱਧ ਕਾਰਵਾਈ ਅਤੇ ਜਸਪਾਲ ਦੀ ਲਾਸ਼ ਨਾ ਮਿਲਣ ਕਰਕੇ ਵੱਡਾ ਵਿਵਾਦ ਬਣਿਆ ਹੋਇਆ ਸੀ। ਪਿਛਲੇ 11 ਦਿਨ ਤੋਂ SSP ਦਫ਼ਤਰ ਦੇ ਬਾਹਰ ਲਗਾਤਾਰ ਧਰਨਾ ਜਾਰੀ ਸੀ। ਇਸ ਮਾਮਲੇ ਨੇ ਹੁਣ ਸ਼ਾਂਤ ਹੋਣ ਦੇ ਆਸਾਰ ਬਣ ਗਏ ਨੇ। ਇਸ ਮਾਮਲੇ ਦੀ ਜਾਂਚ ਲਈ ਬਣੀ ਨਵੀਂ SIT ਨੇ ਪਰਿਵਾਰ ਨੂੰ ਲਾਸ਼ ਮਿਲਣ ਬਾਰੇ ਸੂਚਨਾ ਦਿੱਤੀ ਹੈ। ਪੁਲਿਸ ਅਨੁਸਾਰ ਰਾਜਸਥਾਨ ਦੇ ਮਸੀਤਾ ਹੈੱਡ ਕੋਲ ਜਸਪਾਲ ਦੀ ਲਾਸ਼ ਮਿਲ ਗਈ ਹੈ। ਇਸ ਲਾਸ਼ ਦੀ ਸ਼ਨਾਖਤ ਲਈ ਫਰੀਦਕੋਟ ਤੋਂ ਪੁਲਿਸ ਪਾਰਟੀਆਂ, ਪਰਿਵਾਰ ਅਤੇ ਐਕਸ਼ਨ ਕਮੇਟੀ ਦੇ ਮੈਂਬਰਾਂ ਸਮੇਤ ਰਵਾਨਾ ਹੋ ਗਏ ਨੇ। ਅਸੀਂ ਇਹੀ ਵੀ ਚੱਲ ਸਾਡੀ ਚਲੋ ਲਾਸ਼ ਸਿਆਣੀ ਜਾਵੇ ਅਤੇ ਫਿਰ ਵਿਸ਼ਵਾਸ ਹੋਵੇਗਾ ਸਾਨੂੰ ਵੀ ਸਾਡੇ ਐਕਸ਼ਨ ਕਮੇਟੀ ਵਾਲੇ ਬੰਦੇ ਨਾਲ ਹੈ, ਜਿੰਨਾ ਚਿਰ ਸਿਆਣੀ ਨਹੀਂ ਜਾਵੇ ਉਦੋਂ ਬਾਅਦ ਵੀ ਫਿਰ ਸਲਾਹ ਹੋਵੇਗੀ ਵੀ ਕੀ ਕਰਾਂਗੇ। ਪੁਲਿਸ ਨੇ IG ਸਾਹਿਬ ਆਏ ਕੀ ਗੱਲਬਾਤ ਕੀਤੀ ਤੁਹਾਡੇ ਨਾਲ? ਗੱਲਬਾਤ ਇਹੀ ਹੋਈ ਜੀ ਵੀ ਤੁਹਾਡਾ ਕੇਸ ਵੀ ਜਾਰੀ ਰਹੇਗਾ ਅਤੇ ਉਦੋਂ ਬਾਅਦ ਸਿਆਣ ਕੇ ਫਿਰ ਪਤਾ ਹੋਊ। ਅਤੇ ਤੁਸੀਂ ਵੀ ਨਾਲ ਜਾ ਰਹੇ ਹੋ? ਹਾਂਜੀ ਨਾਲ ਜਾ ਰਹੇ ਹਾਂ, ਮੁੰਡੇ ਦੀ ਮੰਮੀ ਵੀ ਜਾ ਰਹੀ ਹੈ ਅਤੇ ਮੈਂ ਵੀ ਜਾ ਰਿਹਾ ਨਾਲ। ਜੇ ਮੰਨ ਲਓ ਜਸਪਾਲ ਦੀ ਡੈੱਡ ਬੋਡੀ ਮਿਲ ਜਾਂਦੀ ਹੈ ਅਤੇ ਜਿਹੜਾ ਇਹ ਧਰਨਾ ਸਮਾਪਤ ਹੋਣਾ ਫਿਰ? ਨਹੀਂ, ਧਰਨਾ ਅਜੇ ਰਹੇਗਾ ਜੀ, ਇਹਨਾਂ ਦੀ ਰਾਏ ਦੇ ਨਾਲ ਕਮੇਟੀ ਦੇ ਹਿਸਾਬ ਨਾਲ ਧਰਨਾ ਰਹੇਗਾ ਜੀ। ਇਸ ਮੌਕੇ ਜਸਪਾਲ ਦੇ ਪਿਤਾ ਅਤੇ ਐਕਸ਼ਨ ਕਮੇਟੀ ਦੇ ਮੈਂਬਰ ਰਜਿੰਦਰ ਸਿੰਘ ਨੇ ਦੱਸਿਆ ਹੈ ਕਿ ਉਹਨਾਂ ਨੂੰ SSP ਮੁਕਤਸਰ ਸਾਹਿਬ ਅਤੇ DSP ਫਰੀਦਕੋਟ ਨੇ ਦੱਸਿਆ ਹੈ ਕਿ ਜਸਪਾਲ ਦੀ ਲਾਸ਼ ਰਾਜਸਥਾਨ ਤੋਂ ਮਿਲੀ ਹੈ ਅਤੇ ਪੁਲਿਸ ਪਾਰਟੀ ਦੇ ਨਾਲ ਉਹ ਲਾਸ਼ ਦੀ ਸ਼ਨਾਖਤ ਕਰਨਗੇ। ਜਦਕਿ ਧਰਨਾ ਉਠਾਉਣ ਦੇ ਸਵਾਲ 'ਤੇ ਉਹਨਾਂ ਨੇ ਕਿਹਾ ਹੈ ਕਿ ਧਰਨਾ ਹਾਲੇ ਜਾਰੀ ਰਹੇਗਾ। ਅੱਜ ਸਾਨੂੰ IG ਜਿਹੜੇ ਕਿ SIT ਦੇ ਹੈੱਡ ਨੇ, ਉਹਨਾਂ ਨੇ ਸਾਡੀ ਸਾਰੀ ਐਕਸ਼ਨ ਕਮੇਟੀ ਨੂੰ ਸ਼ਾਮ ਨੂੰ ਗੱਲਬਾਤ ਲਈ ਬੁਲਾਇਆ ਸੀਗਾ ਔਰ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਇੱਕ ਹਨੂੰਮਾਨਗੜ੍ਹ ਦੇ ਕੋਲੋਂ ਮਸੀਤਾ ਜਿਹੜਾ ਹੈੱਡ ਦੇ ਕੋਲੋਂ ਇੱਕ ਡੈੱਡ ਬੋਡੀ ਜਿਹੜੀ ਮਿਲੀ ਆ ਉਹਦੀ ਅਸੀਂ ਜਿਹੜੀ ਪਿਕਚਰ ਆ ਉਹ ਪਰਿਵਾਰ ਨੂੰ ਦਿਖਾਈ ਆ ਅਤੇ ਉਹ ਸਾਨੂੰ ਮਤਲਬ ਡੈੱਡ ਬੋਡੀ ਤੋਂ ਲੱਗਦਾ ਕਿ ਵੀ ਉਸ ਏਜ ਦੀ ਲੱਗਦੀ ਹੈਗੀ ਆ ਅਤੇ ਪਰ ਉਹ ਸਾਨੂੰ ਜਸਟ ਮਤਲਬ ਅੱਧਾ ਘੰਟਾ ਪਹਿਲਾਂ ਇਨਫੋਰਮੇਸ਼ਨ ਆਈ ਆ। SSP ਮੁਕਤਸਰ ਅਤੇ DSP ਫਰੀਦਕੋਟ ਸਾਨੂੰ ਮਿਲ ਕੇ ਗਏ ਨੇ ਔਰ ਉਹਨਾਂ ਨੇ ਕਿਹਾ ਕਿ ਉੱਥੋਂ ਡੈੱਡ ਬੋਡੀ ਅਸੀਂ ਜਿਹੜੀ ਆ ਉਹ ਕੱਢ ਲਈ ਆ ਅਤੇ ਸੁਬਾਹ ਅਰਲੀ ਮੋਰਨਿੰਗ ਇੱਥੋਂ ਲਗਭਗ 3:30 ਵਜੇ ਐਕਸ਼ਨ ਕਮੇਟੀ ਅਤੇ ਜਸਪਾਲ ਸਿੰਘ ਦਾ ਪਰਿਵਾਰ ਜਿਹੜਾ ਹੈਗਾ ਇੱਥੋਂ ਜਾਊਗਾ ਪੁਲਿਸ ਫੋਰਸ ਦੇ ਨਾਲ ਔਰ ਉਹ ਦੇਖੇਗਾ, ਚੈੱਕ ਕਰੇਗਾ ਕਿ ਆਈਡੈਂਟੀਫਾਈ ਕਰਨ ਵਾਸਤੇ ਬੋਡੀ, ਕਿਉਂਕਿ ਬਾਕੀ ਬੋਡੀ ਜਸਪਾਲ ਦੀ ਹੈ ਜਾਂ ਕਿਸ ਦੀ ਹੈ। ਇਹ ਡੈੱਡ ਬੋਡੀ ਮਿਲਣ ਅਤੇ ਉਸ ਤੋਂ ਬਾਅਦ ਐਕਸ਼ਨ ਕਮੇਟੀ ਜਿਹੜੀ ਹੈਗੀ ਆ ਉਹ ਵਿਚਾਰੇਗੀ, ਪਰਿਵਾਰ ਨਾਲ ਮਿਲ ਕੇ ਫੈਸਲਾ ਕਰੇਗੀ ਜਿਸ ਤਰ੍ਹਾਂ ਪਰਿਵਾਰ ਚਾਹੇਗਾ। ਐਕਸ਼ਨ ਕਮੇਟੀ ਪਰਿਵਾਰ ਦੇ ਨਾਲ ਖੜੀ ਆ, ਜਿਸ ਤਰ੍ਹਾਂ ਪਰਿਵਾਰ ਦੀ ਇੱਛਾ ਹੋਊਗੀ ਐਕਸ਼ਨ ਕਮੇਟੀ ਉਸ ਤਰ੍ਹਾਂ ਦਾ ਫੈਸਲਾ। ਫਰੀਦਕੋਟ ਪੁਲਿਸ ਹਿਰਾਸਤ ਵਿੱਚ ਮਾਰੇ ਗਏ ਨੌਜਵਾਨ ਦੇ ਮਾਮਲੇ 'ਚ ਨਵਾਂ ਮੋੜ ਆਉਂਦਾ ਦਿਖਾਈ ਦੇ ਰਿਹਾ। ਲਾਸ਼ ਮਿਲਣ ਤੋਂ ਬਾਅਦ ਜੇਕਰ ਪਰਿਵਾਰ ਨੂੰ ਸੰਤੁਸ਼ਟੀ ਨਹੀਂ ਹੁੰਦੀ ਤਾਂ ਕਿਹਾ ਜਾ ਰਿਹਾ ਹੈ ਕਿ ਜਸਪਾਲ ਦੀ ਲਾਸ਼ ਦਾ DNA ਵੀ ਪੁਲਿਸ ਕਰਵਾ ਸਕਦੀ ਹੈ। ਫਰੀਦਕੋਟ ਤੋਂ ਗੁਰਜੀਤ ਰੁਮਾਨਾ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਕੈਨੇਡਾ ਸਟੂਡੈਂਟ ਵੀਜ਼ਾ ਤੇ ਜਾਣ ਵਾਲਿਆਂ ਲਈ ਹੁਣ ਖਾਸ ਖੁਸ਼ਖਬਰੀ, GIC ਦੀ ਫੀਸ ਨਹੀਂ ਵੱਧ ਰਹੀ। ਇਫੈਕਟਿਵ 1 ਅਪ੍ਰੈਲ ਤੋਂ GIC ਦੀ ਫੀਸ 10,200 ਹੀ ਰਹੇਗੀ। ਸੋ ਜੇ ਤੁਸੀਂ ਸਪਟੈਂਬਰ ਜਾਂ ਜਨਵਰੀ ਸੈਸ਼ਨ ਲਈ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 9,563,9,563।